ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਮੇਨੀਆ ਤੇ ਮੈਂ ਹਾਂ ਤੁਹਾਡੀ ਹੋਸਟ ਮੰਨਤ। ਤੇ ਅੱਜ ਮੂਵੀ ਫਰਾਈਡੇ ਤੇ ਜੇ ਮੂਵੀ ਲੱਗ ਚੁੱਕੀ ਹੈ ਤਬਾਹ, ਸਟਾਰਿੰਗ ਪਰਮੀਸ਼ ਵਰਮਾ, ਵਾਮਿਕਾ ਗੱਬੀ। ਤੇ ਆਓ ਚੱਲੀਏ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਉਹਨਾਂ ਦੇ ਰਿਵਿਊਜ਼ ਕਿ ਉਹਨਾਂ ਨੂੰ ਮੂਵੀ ਕਿੱਦਾਂ ਦੀ ਲੱਗ ਰਹੀ ਹੈ। ਮੈਮ ਕਿੱਦਾਂ ਦੀ ਲੱਗੀ ਮੂਵੀ ਤੁਹਾਨੂੰ? ਪਰਮੀਸ਼ ਵਰਮਾ ਦੀ ਐਕਟਿੰਗ ਬਹੁਤ ਸੋਹਣੀ ਸੀ, ਲਾਈਫ ਲਾਈਕ ਹੈ। ਆਫ ਕੋਰਸ ਬਹੁਤ ਲੋਕਾਂ ਦੀ ਟ੍ਰੈਜਡੀ ਹੋ ਸਕਦੀ ਹੈ। ਬਿਊਟੀਫੁਲ ਫਿਲਮ, ਬਹੁਤ ਜ਼ਬਰਦਸਤ ਹੈ। ਆਪਣੀ ਪਰਮੀਸ਼ ਵਰਮਾ, ਵਾਮਿਕਾ ਮੈਮ ਤੇ ਧੀਰਜ ਕੁਮਾਰ ਜੀ ਨੇ ਐਕਟਿੰਗ ਬਹੁਤ ਜ਼ਬਰਦਸਤ ਕੀਤੀ ਹੈ। ਫੁੱਲ ਇਮੋਸ਼ਨਲ ਫਿਲਮ ਹੈ, ਫਿਲਮ ਦੇਖ ਕੇ ਰੋਣਾ ਆਉਂਦਾ ਹੈ ਬਾਰ ਬਾਰ। ਕਿਹੜਾ ਮੂਮੈਂਟ ਸੀ ਜਿੱਥੇ ਤੁਸੀਂ ਸਭ ਜ਼ਿਆਦਾ ਰਿਲੇਟ ਕਰ ਪਾਏ? ਮੇਰੇ ਨਾਲ ਹੋਇਆ ਹੋਇਆ, ਮੇਰੇ ਦਾਦਾ ਜੀ ਡੈਥ ਹੋਈ ਹੋਈ ਹੈ। ਮੈਂ ਆਪ 6 ਮਹੀਨੇ ਡਿਪਰੈਸ਼ਨ 'ਚ ਰਿਹਾ। ਬੰਦੇ ਨਾਲ ਹੁੰਦਾ, ਜਦ ਵੀ ਉਹ ਡਿਪਰੈਸ਼ਨ 'ਚ ਜਾਂਦਾ, ਉਮੀਦਾਂ ਕਿਸ ਤੋਂ ਜ਼ਿਆਦਾ ਰੱਖਦੀਆਂ ਉਹ ਟੁੱਟਦੀਆਂ। ਉਹ ਡਿਪਰੈਸ਼ਨ 'ਚ ਜਾਂਦਾ ਅਤੇ ਉਹ ਨਸ਼ੇ ਦਾ ਸਹਾਰਾ ਲੈਂਦਾ, 'ਚ ਦਿਖਾਇਆ ਗਿਆ, ਡਰਿੰਕਿੰਗ ਦਾ ਦਿਖਾਇਆ ਕਿ ਉਹ ਓਵਰ ਐਕਸੈਸਿਵ ਡਰਿੰਕਿੰਗ ਕਰਦੇ। ਪਰ ਇਹ ਰਿਐਲਿਟੀ ਹੈ, ਜੇ ਤੁਸੀਂ ਹਰੇਕ ਬੰਦੇ ਦੇ, ਇਨਸਾਨ ਦੀ ਆਪਣੀ ਵੀ ਦੇਖੋਗੇ ਤਾਂ ਇੱਕ ਨਾ ਇੱਕ ਪਾਰਟ 'ਚ ਤੁਸੀਂ ਲਾਈਫ 'ਚ ਡਿਪਰੈਸ਼ਨ 'ਚ ਗਏ ਹੋਵੋਗੇ। ਉਸ 'ਤੇ ਆਧਾਰਿਤ ਹੈ ਕਿ ਆਪਾਂ ਡਿਪਰੈਸ਼ਨ 'ਚ ਚਲੇ ਜਾਂਦੇ ਹਾਂ। ਉਸ 'ਤੇ ਬਹੁਤ ਵਧੀਆ ਤਰ੍ਹਾਂ ਇਹਨਾਂ ਨੇ ਫਿਲਮ ਪਿਕਚਰਾਈਜ਼ ਕੀਤੀ ਹੈ। ਬਹੁਤ ਸੋਹਣੀ, ਮੈਂ ਕਹਿੰਦਾ ਜਵਾਨਾਂ ਵਾਸਤੇ ਬਹੁਤ ਸੇਧ ਹੈ। ਔਰ ਇਹ ਮੂਵੀ ਜੋ ਹੈ ਵਰਲਡ ਦੇ ਵਿੱਚ ਜਾਣੀ ਹੈ, ਔਰ ਪੂਰੇ ਜਵਾਨਾਂ ਵਾਸਤੇ ਬਹੁਤ ਵਧੀਆ ਸੇਧ ਹੈ, ਔਰ ਇਹੋ ਜਿਹਾ ਹੋਣੀ ਚਾਹੀਦੀ, ਔਰ ਬਹੁਤ ਮਜ਼ਾ ਆਇਆ। ਬਹੁਤ ਅੱਛੀ ਬੀਟਿੰਗ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਪਰਮੀਸ਼ ਇੰਨਾ ਸਿਆਣਾ ਕਦੋਂ ਹੋ ਗਿਆ। ਬਚਪਨ ਤੋਂ ਦੇਖਦਾ ਉਸਨੂੰ, ਮੈਂ ਪਤਾ ਨਹੀਂ ਲੱਗਿਆ, ਸਮਝ ਨਹੀਂ ਆਈ ਮੈਨੂੰ ਇੰਨਾ ਸਿਆਣਾ ਕਦੋਂ ਹੋ ਗਿਆ। ਕਮਾਲ ਕਰਦੀ ਬੇਟੀ, ਬਹੁਤ ਸੋਹਣੀ ਮੂਵੀ। ਪਰਮੀਸ਼ ਨੇ ਜਾਨ ਪਾ ਰੱਖੀ ਹੈ ਰੋਲ 'ਚ, ਔਰ ਬਹੁਤ ਹੀ ਅੱਛਾ ਮੈਸੇਜ ਵੀ ਦਿੱਤਾ ਹੈ। ਵੈਰੀ ਇਮੋਸ਼ਨਲ, ਰੀਅਲੀ ਲਵਡ ਇਟ। ਓਵਰਆਲ ਬਹੁਤ ਹੀ ਅੱਛੀ ਡਾਇਰੈਕਸ਼ਨ, ਐਡੀਟਿੰਗ ਐਕਸਲੈਂਟ। ਬਹੁਤ ਵਧੀਆ ਮੈਮ, ਇਹੋ ਜਿਹੇ ਸਬਜੈਕਟ ਬਣਨੇ ਚਾਹੀਦੇ ਹੈ ਅਤੇ ਬੰਦੇ ਰਹਿਣ ਤਾਂ ਹੀ ਅੱਛੇ, ਤਾਂ ਕਿ ਲੋਕਾਂ ਨੂੰ ਵੀ ਸਮਝ ਆਵੇ। ਬਹੁਤ ਇਮੋਸ਼ਨਲ ਵੀ, ਇਹੋ ਜਿਹਾ ਡਰਾਮਾ ਜ਼ਰੂਰ ਹੋਣਾ ਚਾਹੀਦਾ। ਬਹੁਤ ਸੋਹਣੀ ਫਿਲਮ ਹੈ ਜੀ। ਮੈਨੂੰ ਲੱਗਦਾ ਹੈ ਕਿ ਪੰਜਾਬੀ ਸਿਨੇਮੇ ਨੂੰ ਦਰਅਸਲ ਇੱਕ ਐਕਟਰ ਮਿਲਿਆ ਅੱਜ ਪਰਮੀਸ਼ ਵਰਮਾ ਦੇ ਰੂਪ 'ਚ। ਵਿਦ ਡਿਊ ਰਿਗਾਰਡ ਟੂ ਐਵਰੀਬਡੀ ਇਨ ਦਾ ਇੰਡਸਟਰੀ, ਮੈਂ ਲਗਭਗ 1-1.5 ਸਾਲ ਤੋਂ ਇੰਡਸਟਰੀ ਨਾਲ ਬੜਾ ਨੇੜਿਓਂ ਕੰਮ ਕਰ ਰਿਹਾ, ਪਰ ਮੈਂ ਇਹ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਪੰਜਾਬੀ ਸਿਨੇਮੇ ਨੂੰ ਵੱਡਾ ਕਰਨ ਦਾ ਰਾਹ ਖੋਲ੍ਹਦੀਆਂ। ਔਰ ਮੇਰੇ ਲਈ ਇਹ ਫਿਲਮ ਦੋਸਤੀ ਦਾ ਨਾਮ ਹੈ, ਹੈ ਨਾ। ਤੁਸੀਂ ਇਸ਼ਕ ਖਾਤਰ ਦੇਖ ਸਕਦੇ ਹੋ ਤੁਸੀਂ, ਔਰ ਖਾਸ ਤੌਰ 'ਤੇ ਯੰਗਸਟਰਸ ਜਿਹੜੇ ਨੇ, ਜਿਹੜੇ ਆਪਦੇ ਦੋਸਤਾਂ ਨੂੰ ਪਿਆਰ ਕਰਦੇ ਆ, ਇਸ ਫਿਲਮ 'ਚੋਂ ਤੁਹਾਨੂੰ ਮੁਹੱਬਤ ਜਾਂ ਇਸ਼ਕ ਜ਼ਰੂਰ ਨਜ਼ਰ ਆਉਂਦਾ, ਪਰ ਦੋਸਤੀ ਜਿਹੜੀ ਨਜ਼ਰ ਆਊਗੀ ਨਾ, ਕਿ ਇੱਕ ਦੋਸਤ ਦੂਜੇ ਦੋਸਤ ਲਈ ਕੀ ਕਰਦਾ। ਸੋ ਪਰਮੀਸ਼ ਵਰਮਾ ਲਈ 11 out of 10 ਜੀ, ਔਰ ਖਾਸ ਤੌਰ 'ਤੇ ਵਾਮਿਕਾ ਗਾਬੀ ਅਮੇਜ਼ਿੰਗ। ਮੈਨੂੰ ਲੱਗਦਾ ਕਿ ਮੈਂ ਪਹਿਲਾਂ ਵੀ 1-2 ਵਾਰੀ ਕਿਹਾ ਕਿ ਬਹੁਤ ਅੰਡਰਰੇਟਡ ਨੇ ਵਾਮਿਕਾ ਗਾਬੀ, ਔਰ ਬਹੁਤ ਕਮਾਲ ਦਾ ਧੀਰਜ, ਖਾਸ ਤੌਰ 'ਤੇ ਧੀਰਜ ਹੋਣਾ ਦਾ ਹਮੇਸ਼ਾ ਹੀ ਅਸੀਂ ਜ਼ਿਕਰ ਕਰਦੇ ਹਾਂ। ਸੋ ਬਹੁਤ ਕਮਾਲ, ਗੁਰਜਿੰਦ ਹੋਣਾ ਨੂੰ ਮੁਬਾਰਕ ਇੱਡੀ ਸੋਹਣੀ ਫਿਲਮ ਲਿਖਣ ਲਈ, ਔਰ ਪਰਮੀਸ਼ ਵਧਾਈ ਦੇ ਪਾਤਰ ਨੇ ਕਿ ਐਡਾ ਵੱਡਾ ਰਿਸਕ ਇੰਡਸਟਰੀ 'ਚ ਲਿਆ। ਸੋ ਬਹੁਤ ਕਮਾਲ ਫਿਲਮ ਹੈ, ਬਹੁਤ ਵਧੀਆ, ਬਹੁਤ ਅੱਛੀ ਲੱਗੀ ਜੀ। ਵੈਰੀ ਇਮੋਸ਼ਨਲ, ਵੈਰੀ ਨਾਈਸ, ਆਈ ਰੀਅਲੀ ਲਾਈਕ। ਬਹੁਤ ਵਧੀਆ ਮੂਵੀ ਹੈ, ਸਾਰਿਆਂ ਨੂੰ ਆ ਕੇ ਦੇਖਣਾ ਚਾਹੀਦਾ ਹੈ। ਇਮੋਸ਼ਨਲ ਹੈ, ਬਹੁਤ ਵਧੀਆ ਯਾਰੀ ਦੋਸਤੀ ਦਾ ਮੈਸੇਜ ਦਿੱਤਾ ਹੈ, ਅਤੇ ਸਾਰਿਆਂ ਨੂੰ ਦੇਖਣਾ ਚਾਹੀਦਾ। ਬਹੁਤ ਵਧੀਆ ਲੱਗੀ, ਮੂਵੀ ਬਹੁਤ ਵਧੀਆ ਜੀ, ਬਹੁਤ ਬਹੁਤ ਸੋਹਣੀ। 5 'ਚੋਂ ਕਿੰਨੇ ਸਟਾਰਸ ਦੇਣਾ ਚਾਹੋਗੇ? 5, ਅਗਰ 6 ਨਹੀਂ ਦੇ ਸਕਦੇ ਤਾਂ ਆਲ 5, ਨੋ ਡਾਊਟ। 5 ਦੇ ਵਿੱਚ ਮੈਂ 6 ਵੀ ਦੇ ਦਿਆਂਗਾ ਮੈਂ, ਰੀਅਲੀ 4 out of 5। 5 ਹੈ ਜੀ, ਸਾਰਿਆਂ ਨੂੰ ਦੇਖਣੀ ਚਾਹੀਦੀ ਹੈ, ਸੱਚੀ ਘਟਨਾਵਾਂ ਤੇ ਸੱਚ ਹੈ, ਬੰਦਾ ਜਾਗਦਾ ਕਿ ਹਾਂ ਮੈਂ ਵੀ ਰਿਹਾ। 10+ ਨੰਬਰ ਹੈ। ਤਾਂ ਜੀ ਇਹ ਸੀਗੇ ਤਬਾਹ ਮੂਵੀ ਦੇ ਰਿਵਿਊਜ਼। ਹੁਣ ਤੁਸੀਂ ਵੀ ਮੂਵੀ ਦੇਖਣ ਜ਼ਰੂਰ ਜਾਓ ਤੇ ਸਾਡੇ ਕਮੈਂਟ ਸੈਕਸ਼ਨ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਕਿ ਤੁਹਾਨੂੰ ਮੂਵੀ ਕਿੱਦਾਂ ਦੀ ਲੱਗੀ। ਦੇਖਦੇ ਰਹੋ ਪੰਜਾਬੀ ਮੇਨੀਆ, ਸਤਿ ਸ਼੍ਰੀ ਅਕਾਲ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।